ਸਿਹਤ ਸੰਬੰਧੀ ਹਰ ਤਰ੍ਹਾਂ ਦੀ ਵੀਡੀਓ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਅਨਿਯਮਿਤ ਖਾਣ ਪੀਣ ਨਾਲ ਪੇਟ ਵਿੱਚ ਗੜਬੜ ਹੋਣ ਲੱਗਦੀ ਹੈ। ਅਜਿਹੇ ਵਿੱਚ ਐਸੀਡਿਟੀ ਕਾਰਨ ਪੇਟ ਵਿੱਚ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ। ਇਸ ਕਾਰਨ ਪੇਟ ਵਿੱਚ ਦਰਦ, ਛਾਤੀ ਵਿੱਚ ਜਲਨ, ਉਲਟੀਆਂ ਆਦਿ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਦਿਨਾਂ ਤੱਕ ਇਹ ਸਮੱਸਿਆ ਰਹਿਣ 'ਤੇ ਪੇਟ ਵਿੱਚ ਅਲਸਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਬਹੁਤ ਸਾਰੇ ਲੋਕ ਇਸ ਤੋਂ ਰਾਹਤ ਪਾਉਣ ਲਈ ਦਵਾਈਆਂ ਦੀ ਵਰਤੋਂ ਕਰਦੇ ਹਨ, ਪਰ ਇਸ ਦੀ ਬਜਾਏ ਕੁਝ ਘਰੇਲੂ ਚੀਜ਼ਾਂ ਦੀ ਵਰਤੋਂ ਕਰਕੇ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਾਂਗੇ, ਪਰ ਇਸ ਤੋਂ ਪਹਿਲਾਂ ਜਾਣਦੇ ਹਾਂ ਇਸ ਦੇ ਲੱਛਣਾਂ ਬਾਰੇ। ਭੁੱਖ ਘੱਟ ਲੱਗਣੀ, ਮੂੰਹ ਵਿੱਚ ਬਦਬੂ ਆਉਣੀ, ਪੇਟ ਵਿੱਚ ਸੋਜ ਹੋਣੀ, ਉਲਟੀਆਂ, ਬਦਹਜ਼ਮੀ, ਦਸਤ ਹੋਣਾ, ਪੇਟ ਦਾ ਫੁੱਲਣਾ। ਹੁਣ ਗੱਲ ਕਰਦੇ ਹਾਂ ਪੇਟ ਵਿੱਚ ਇਨਫੈਕਸ਼ਨ ਹੋਣ 'ਤੇ ਘਰੇਲੂ ਨੁਸਖਿਆਂ ਬਾਰੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਸੌਂਫ ਦੇ ਸੇਵਨ ਬਾਰੇ। ਪੇਟ ਵਿੱਚ ਐਸੀਡਿਟੀ ਹੋਣ 'ਤੇ ਸੌਂਫ ਦੀ ਵਰਤੋਂ ਕਰਨਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਦੇ ਲਈ 1 ਕੱਪ ਚਮਚ ਸੌਂਫ ਨੂੰ 2 ਕੱਪ ਪਾਣੀ ਵਿੱਚ ਉਬਾਲੋ। ਦਿਨ ਵਿੱਚ 2 ਤੋਂ 3 ਵਾਰ ਤਿਆਰ ਪਾਣੀ ਦਾ ਸੇਵਨ ਕਰਨ ਨਾਲ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਖਾਣਾ ਖਾਣ ਤੋਂ ਬਾਅਦ ਇਸ ਦਾ ਸੇਵਨ ਕਰਨਾ ਵੀ ਬਹੁਤ ਲਾਭਦਾਇਕ ਹੁੰਦਾ ਹੈ। ਪੁਦੀਨੇ ਦੀ ਵਰਤੋਂ। ਪੁਦੀਨੇ ਵਿੱਚ ਮੌਜੂਦ ਪੌਸ਼ਟਿਕ ਤੱਤ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿੱਚ ਸਹਾਇਤਾ ਕਰਦੇ ਹਨ। ਇਸ ਦੇ ਲਈ ਪੁਦੀਨੇ ਦੇ ਕੁਝ ਪੱਤੇ ਪਾਣੀ ਵਿੱਚ ਉਬਾਲੋ। ਤਿਆਰ ਪਾਣੀ ਨੂੰ ਛਾਣ ਕੇ ਇਸ ਦਾ ਸੇਵਨ ਕਰੋ। ਨਾਰੀਅਲ ਦਾ ਪਾਣੀ ਰੋਜ਼ ਪੀਣ ਨਾਲ ਪੇਟ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਅਜਵਾਇਣ ਦੀ ਵਰਤੋਂ। ਪੇਟ ਦੀਆਂ ਸਮੱਸਿਆਵਾਂ ਵਿੱਚ ਅਜਵਾਇਣ ਨੂੰ ਇੱਕ ਚਿਕਿਤਸਕ ਰੂਪ ਮੰਨਿਆ ਗਿਆ ਹੈ। ਇਸ ਲਈ ਐਸੀਡਿਟੀ ਦੀ ਸ਼ਿਕਾਇਤ ਹੋਣ 'ਤੇ ਅਜਵਾਇਣ ਨੂੰ ਹਲਕਾ ਭੁੰਨ ਕੇ ਉਸ ਵਿੱਚ ਕਾਲਾ ਨਮਕ ਮਿਲਾ ਕੇ ਖਾਣ ਨਾਲ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਸ ਨੂੰ ਥੋੜ੍ਹੀ ਮਾਤਰਾ ਵਿੱਚ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਲੌਂਗ ਦੀ ਵਰਤੋਂ। ਰੋਜ਼ਾਨਾ ਭੋਜਨ ਤੋਂ ਬਾਅਦ 1-2 ਲੌਂਗ ਦਾ ਸੇਵਨ ਕਰੋ। ਇਸ ਨਾਲ ਭੋਜਨ ਠੀਕ ਤਰ੍ਹਾਂ ਹਜ਼ਮ ਹੋਣ ਦੇ ਨਾਲ ਪੱਤ ਸਾਫ਼ ਹੋਣ ਵਿੱਚ ਮਦਦ ਮਿਲਦੀ ਹੈ। ਇਸ ਨਾਲ ਪਾਚਨ ਤੰਤਰ ਮਜ਼ਬੂਤ ਹੋ ਕੇ ਕਬਜ਼, ਗੈਸ, ਪੇਟ ਦਰਦ ਆਦਿ ਤੋਂ ਛੁਟਕਾਰਾ ਮਿਲਦਾ ਹੈ। ਹਿੰਗ ਦੀ ਵਰਤੋਂ। ਦਾਲ ਜਾਂ ਸਬਜ਼ੀਆਂ ਵਿੱਚ ਹਿੰਗ ਦਾ ਤੜਕਾ ਲਗਾਇਆ ਜਾਂਦਾ ਹੈ। ਇਹ ਭੋਜਨ ਦਾ ਸੁਆਦ ਵਧਾਉਣ ਦੇ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦੀ ਹੈ। ਪੇਟ ਵਿੱਚ ਦਰਦ ਜਾਂ ਗੈਸ ਬਣਨ ਦੀ ਸਮੱਸਿਆ 'ਤੇ ਥੋੜ੍ਹੀ ਜਿਹੀ ਹਿੰਗ ਨਾਲ ਧੁੰਨੀ ਦੀ ਮਾਲਿਸ਼ ਕਰਨ ਨਾਲ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਸ ਨੂੰ ਥੋੜ੍ਹੀ ਜਿਹੀ ਮਾਤਰਾ ਵਿੱਚ ਲੈ ਕੇ ਗੁਣਗੁਣੇ ਪਾਣੀ ਨਾਲ ਸੇਵਨ ਕਰਨ ਨਾਲ ਵੀ ਰਾਹਤ ਮਿਲਦੀ ਹੈ। ਪਪੀਤੇ ਦੀ ਵਰਤੋਂ। ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਪਪੀਤੇ ਦਾ ਸੇਵਨ ਕਰਨਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਲਈ ਉਹ ਲੋਕ ਜਿਨ੍ਹਾਂ ਨੂੰ ਐਸੀਡਿਟੀ, ਪੇਟ ਵਿੱਚ ਦਰਦ, ਕਬਜ਼ ਆਦਿ ਦੀ ਸਮੱਸਿਆ ਹੈ, ਉਹਨਾਂ ਨੂੰ ਰੋਜ਼ਾਨਾ ਪਪੀਤੇ ਦਾ ਸੇਵਨ ਕਰਨਾ ਚਾਹੀਦਾ ਹੈ। ਜੀਰੇ ਦੀ ਵਰਤੋਂ। ਪਾਚਨ ਤੰਤਰ ਠੀਕ ਰੱਖਣ ਲਈ, ਪੇਟ ਦੀ ਇਨਫੈਕਸ਼ਨ ਦੂਰ ਕਰਨ ਲਈ 1 ਚਮਚ ਜੀਰਾ ਕੋਸੇ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਫਾਇਦਾ ਮਿਲਦਾ ਹੈ। ਅਦਰਕ ਦਾ ਸੇਵਨ। ਅਦਰਕ ਐਂਟੀਫੰਗਲ ਅਤੇ ਐਂਟੀਬੈਕਟੀਰੀਅਲ ਤੱਤਾਂ ਨਾਲ ਭਰਪੂਰ ਹੁੰਦਾ ਹੈ। ਜੇ ਪੇਟ ਦੀ ਇਨਫੈਕਸ਼ਨ ਦਾ ਕਾਰਨ ਫੰਗਸ ਜਾਂ ਬੈਕਟੀਰੀਆ ਹੈ ਤਾਂ ਅਦਰਕ ਇਸ ਨੂੰ ਖਤਮ ਕਰਦਾ ਹੈ। ਦਹੀਂ ਦਾ ਸੇਵਨ। ਦਹੀਂ ਖਾਣ ਨਾਲ ਪੇਟ ਦੀ ਦਰਦ ਜਾਂ ਇਨਫੈਕਸ਼ਨ ਤੋਂ ਰਾਹਤ ਪਾਈ ਜਾ ਸਕਦੀ ਹੈ, ਕਿਉਂਕਿ ਦਹੀਂ ਵਿੱਚ ਉਹ ਬੈਕਟੀਰੀਅਲ ਗੁਣ ਹੁੰਦੇ ਹਨ ਜੋ ਇਨਫੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ ਦਾ ਖਾਤਮਾ ਕਰਦੇ ਹਨ। ਇਸ ਲਈ ਪੇਟ ਦੀ ਇਨਫੈਕਸ਼ਨ ਹੋਣ 'ਤੇ ਦਹੀਂ ਦਾ ਸੇਵਨ ਜ਼ਰੂਰ ਕਰੋ। ਵੱਧ ਤੋਂ ਵੱਧ ਪਾਣੀ ਪੀਓ। ਇਨਫੈਕਸ਼ਨ ਚਾਹੇ ਸਰੀਰ ਦੇ ਕਿਸੇ ਵੀ ਅੰਗ ਵਿੱਚ ਹੋਵੇ, ਉਹ ਸਰੀਰ ਤੋਂ ਬਾਹਰ ਪਸੀਨੇ ਰਾਹੀਂ ਜਾਂ ਯੂਰੀਨ ਦੇ ਮਾਰਗ ਰਾਹੀਂ ਹੀ ਬਾਹਰ ਨਿਕਲਦੀ ਹੈ। ਇਸ ਲਈ ਇਨਫੈਕਸ਼ਨ ਹੋ ਜਾਵੇ ਤਾਂ ਵੱਧ ਤੋਂ ਵੱਧ ਪਾਣੀ ਪੀਓ ਤਾਂ ਜੋ ਇਨਫੈਕਸ਼ਨ ਸਰੀਰ ਦੇ ਵਿੱਚੋਂ ਜਲਦੀ ਬਾਹਰ ਨਿਕਲ ਜਾਵੇ। ਹੁਣ ਗੱਲ ਕਰਦੇ ਹਾਂ ਕੁਝ ਤਬਦੀਲੀਆਂ ਬਾਰੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਪੇਟ ਦੀ ਇਨਫੈਕਸ਼ਨ ਅਤੇ ਐਸੀਡਿਟੀ ਨੂੰ ਠੀਕ ਕਰ ਸਕਦੇ ਹੋ। ਭੋਜਨ ਵਿਚਕਾਰ ਵਕਫਾ। ਭੋਜਨ ਵਿਚਕਾਰ 4 ਘੰਟਿਆਂ ਤੋਂ ਵੱਧ ਦਾ ਵਕਫਾ ਨਾ ਰੱਖੋ, ਕਿਉਂਕਿ ਜਦੋਂ ਤੁਹਾਡਾ ਪੇਟ ਜ਼ਿਆਦਾ ਸਮੇਂ ਲਈ ਖਾਲੀ ਹੁੰਦਾ ਹੈ ਤਾਂ ਤੇਜ਼ਾਬ ਨੂੰ ਕੰਮ ਕਰਨ ਲਈ ਕੁਝ ਉਪਲਬਧ ਨਹੀਂ ਹੁੰਦਾ। ਇਸ ਲਈ ਉਹ ਤੁਹਾਡੇ ਪੇਟ ਦੀ ਅੰਦਰਲੀ ਪਰਤ 'ਤੇ ਕੰਮ ਕਰਦਾ ਹੈ, ਜਿਸ ਕਾਰਨ ਫੋੜੇ ਹੋ ਜਾਂਦੇ ਹਨ। ਤੁਹਾਡੇ ਗਲੇ ਅਤੇ ਭੋਜਨ ਨਲਿਕਾ ਵਿੱਚ ਜਲਨ ਮਹਿਸੂਸ ਹੁੰਦੀ ਹੈ। ਰਹਿਣ ਸਹਿਣ ਵਿੱਚ ਤਬਦੀਲੀ ਕਰਨ ਲਈ ਤੁਹਾਨੂੰ ਆਪਣੇ ਬ੍ਰੇਕਫਾਸਟ, ਲੰਚ, ਸ਼ਾਮ ਸਮੇਂ ਸਨੈਕਸ ਅਤੇ ਡਿਨਰ ਬਾਰੇ ਪਹਿਲਾਂ ਤੋਂ ਹੀ ਯੋਜਨਾ ਬਣਾ ਲੈਣੀ ਚਾਹੀਦੀ ਹੈ। ਭੋਜਨ ਜਲਦੀ ਜਲਦੀ ਨਾ ਕਰੋ। ਜਦੋਂ ਤੁਸੀਂ ਆਪਣੇ ਭੋਜਨ ਨੂੰ ਚੰਗੀ ਤਰ੍ਹਾਂ ਨਹੀਂ ਚਬਾਉਂਦੇ ਤਾਂ ਇਹਨਾਂ ਵੱਡੇ ਟੁਕੜਿਆਂ ਨੂੰ ਤੋੜਨ ਲਈ ਤੁਹਾਡੇ ਪੇਟ ਨੂੰ ਜ਼ਿਆਦਾ ਅਮਲ ਕਰਨਾ ਪੈਂਦਾ ਹੈ। ਤੇਜ਼ਾਬ ਦੀ ਹਾਜ਼ਰੀ ਵਿੱਚ ਤੁਹਾਡੇ ਭੋਜਨ ਵਿੱਚ ਮੌਜੂਦ ਕਾਫੀ ਪੋਸ਼ਕ ਤੱਤ ਮਰ ਜਾਂਦੇ ਹਨ। ਕਿਸ ਤਰ੍ਹਾਂ ਦਾ ਭੋਜਨ ਕੀਤਾ ਜਾਵੇ? ਜਦੋਂ ਤੁਸੀਂ ਫਲ, ਸਬਜ਼ੀਆਂ, ਸਾਬਤ ਅਨਾਜ, ਬੀਜ ਅਤੇ ਨਟਸ ਵਰਗੇ ਪੌਸ਼ਟਿਕ ਤੱਤ ਭੋਜਨ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਇਹਨਾਂ ਨੂੰ ਤੋੜਨ ਲਈ ਸਹੀ ਮਾਤਰਾ ਵਿੱਚ ਤੇਜ਼ਾਬ ਤਿਆਰ ਕਰਨਾ ਪੈਂਦਾ ਹੈ। ਪਰ ਮਨੁੱਖੀ ਸਰੀਰ ਜੰਕ ਫੂਡ ਪ੍ਰੋਸੈਸਰ, ਫੂਡ ਗੈਸੀ ਡਰਿੰਕਸ ਅਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਖੰਡ ਅਤੇ ਨਮਕ ਪ੍ਰੋਸੈਸ ਕਰਨ ਲਈ ਨਹੀਂ ਡਿਜ਼ਾਈਨ ਕੀਤਾ ਗਿਆ। ਤੁਹਾਡਾ ਸਰੀਰ ਇਹ ਗੈਰ ਕੁਦਰਤੀ ਭੋਜਨਾਂ ਨੂੰ ਤੋੜਨ ਲਈ ਬਹੁਤ ਮਾਤਰਾ ਵਿੱਚ ਐਸਿਡ ਪੈਦਾ ਕਰਦਾ ਹੈ।
ਦਵਾਈਆਂ ਪ੍ਰਤੀ ਰਹੋ ਸੁਚੇਤ। ਬਹੁਤ ਜ਼ਿਆਦਾ ਮਾਤਰਾ ਵਿੱਚ ਦਵਾਈਆਂ ਲੈਣਾ ਐਸੀਡਿਟੀ ਦਾ ਕਾਰਨ ਬਣਦਾ ਹੈ, ਕਿਉਂਕਿ ਇਹਨਾਂ ਨੂੰ ਤੋੜਨ ਲਈ ਤੁਹਾਡੇ ਸਰੀਰ ਨੂੰ ਓਨੀ ਹੀ ਵਧੇਰੇ ਮਾਤਰਾ ਵਿੱਚ ਤੇਜ਼ਾਬ ਦੀ ਲੋੜ ਪੈਂਦੀ ਹੈ। ਇਸ ਲਈ ਜਦੋਂ ਤੁਸੀਂ ਐਂਟੀਬਾਇਓਟਿਕ ਲੈਂਦੇ ਹੋ ਤਾਂ ਯਕੀਨ ਬਣਾਓ ਕਿ ਉਸ ਨਾਲ ਪ੍ਰੋਬਾਇਓਟਿਕ ਅਤੇ ਬੀ ਕੰਪਲੈਕਸ ਵੀ ਲਵੋ, ਕਿਉਂਕਿ ਐਂਟੀਬਾਇਓਟਿਕ ਤੁਹਾਡੀ ਅੰਤੜੀਆਂ ਵਿੱਚ ਚੰਗੇ ਅਤੇ ਬੁਰੇ ਬੈਕਟੀਰੀਆ ਦੋਵਾਂ ਦਾ ਸਫਾਇਆ ਕਰ ਦਿੰਦਾ ਹੈ। ਇਸ ਕਰਕੇ ਤੁਹਾਡੇ ਸਰੀਰ ਵਿੱਚ ਹੋਰ ਵੀ ਜ਼ਿਆਦਾ ਤੇਜ਼ਾਬ ਬਣ ਜਾਂਦਾ ਹੈ। ਪਾਣੀ ਦੀ ਵਰਤੋਂ। ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਜਿੰਨੀ ਲੋੜ ਹੁੰਦੀ ਹੈ ਉਹ ਉਸ ਨਾਲੋਂ ਘੱਟ ਪਾਣੀ ਪੀਂਦੇ ਹਨ। ਇੱਥੋਂ ਤੱਕ ਕਿ ਪਾਣੀ ਦੀ 1% ਬੂੰਦ ਵੀ ਤੁਹਾਡੇ ਸਰੀਰ ਨੂੰ ਥਕਾਵਟ ਅਤੇ ਤੇਜ਼ਾਬ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਇਸ ਲਈ ਯਕੀਨ ਬਣਾਓ ਕਿ ਤੁਹਾਡੇ ਸਰੀਰਕ ਪ੍ਰਣਾਲੀ ਵਿੱਚ ਰੋਜ਼ਾਨਾ ਸਹੀ ਮਾਤਰਾ ਵਿੱਚ ਪਾਣੀ ਜਾਵੇ। ਯੋਗ ਅਭਿਆਸ। ਪ੍ਰਾਣਾਯਾਮ ਅਤੇ ਸਿਹਤ ਨਾਲ ਸੰਬੰਧਿਤ ਕੁਝ ਕਸਰਤਾਂ ਤੇਜ਼ਾਬੀ ਮਾਦੇ ਨੂੰ ਘੱਟ ਕਰ ਦਿੰਦੀਆਂ ਹਨ। ਹਰ ਵਾਰ ਜਦੋਂ ਤੁਸੀਂ ਸਾਹ ਲੈਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਇਸ ਦੇ ਤੇਜ਼ਾਬ ਦੇ ਲੈਵਲ ਨੂੰ ਕੁਦਰਤੀ ਤੌਰ 'ਤੇ ਸੰਤੁਲਨ ਵਿੱਚ ਕਰਨ ਵਿੱਚ ਮਦਦ ਮਿਲਦੀ ਹੈ। ਆਪਣੇ ਸਰੀਰ ਦੀ ਤੇਜ਼ਾਬੀ ਸਥਿਤੀ ਨੂੰ ਸਹੀ ਕਰਨ ਲਈ ਨਿੰਬੂ ਪਾਣੀ ਜਾਂ ਗਾਜਰ ਅਤੇ ਕੱਚੀਆਂ ਸਬਜ਼ੀਆਂ ਦੀ 1 ਕਟੋਰੀ ਖਾਣਾ ਯਕੀਨੀ ਬਣਾਓ, ਖਾਸ ਕਰਕੇ ਉਦੋਂ ਜਦੋਂ ਤੁਸੀਂ ਫਾਸਟ ਫੂਡ ਖਾ ਰਹੇ ਹੋ। ਸੋ ਇਹ ਸੀ ਅੱਜ ਦੀ ਸਿਹਤ ਸੰਬੰਧੀ ਜਾਣਕਾਰੀ। ਹੋਰ ਨਵੀਆਂ ਵੀਡੀਓ ਦੇਖਣ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਮੈਂਟ ਕਰੋ।